ਸਬਸਕ੍ਰਾਈਬ ਕੀਜੀਏ ਹਮਾਰੇ YouTube ਚੈਨਲ ਸੇਕ ਇਨਫੋ ਕੋ ਜੌਬਸ ਔਰ ਇਨਫੋਰਮੇਸ਼ਨ ਕੇ ਵੀਡੀਓ ਸਭ ਤੋਂ ਪਹਿਲੇ ਦੇਖਣੇ ਲਈ ਔਰ ਸਾਥ ਹੀ ਬੈਲ ਕੇ ਬਟਨ ਕੋ ਆਪਨੇ ਆਨ ਕਰ ਲੈਣਾ ਜਿਸ ਸੇ ਆਪਕੋ ਹਰ ਇੱਕ ਨੋਟੀਫਿਕੇਸ਼ਨ ਸਮੇਂ ਸਿਰ ਮਿਲਦੀ ਰਹੇ ਹਾਂਜੀ ਦੋਸਤੋ ਸਸ਼ੀਕਰ ਜੀ ਇੱਕ ਵਾਰ ਨਵੀਂ ਵੀਡੀਓ ਜੀ ਥੋੜਾ ਜਿਹਾ ਇਹਨੂੰ ਹਾਂਜੀ ਦੋਸਤੋ ਗੱਲ ਕਰਾਂਗੇ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਜੋ ਕਿ ਮਾਨਸਾ ਕੋਰਟ ਦੇ ਵਿੱਚ ਕੀ ਭਰਤੀ ਆਈ ਸੀ ਕਲਰਕ ਤੇ ਸਟੈਨੋਗ੍ਰਾਫਰ ਦੀ ਜਿਸ ਦੀ ਹੁਣ ਲਿਸਟ ਜਾਰੀ ਹੋ ਚੁੱਕੀ ਹੈ ਜੀ ਇਸ ਲਿਸਟ ਵਿੱਚ ਤੁਹਾਨੂੰ ਦੱਸਾਂਗੇ ਕਿਹੜੇ-ਕਿਹੜੇ ਕੈਂਡੀਡੇਟ ਨੇ ਠੀਕਾ ਤੇ ਕੀ ਲਿਸਟ ਆਈ ਹੈ ਤਾਂ ਉਸ ਦੇ ਲਈ ਆਪਾਂ ਆਫੀਸ਼ੀਅਲ ਵੈਬਸਾਈਟ ਤੇ ਚਲਦੇ ਹਾਂ ਜਿੱਦ ਦੇਖਦੇ ਹਾਂ ਜੀ ਤੇ ਉਸ ਤੋਂ ਪਹਿਲਾਂ ਕੁਝ ਜਾਰਸ ਕਰ ਦਾਂਗਾ ਠੀਕਾ ਜੀ ਕਿ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਜੋ ਨੀਚੇ ਸਬਸਕ੍ਰਾਈਬ ਦਾ ਬਟਨ ਆ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਦਿੱਲੀ ਜਾਣਕਾਰੀ ਮਿਲਦੀ ਰਹੇ ਵੈਕੈਂਸੀਆਂ ਜੋ ਪੰਜਾਬ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਟਾਈਮ ਟੂ ਟਾਈਮ ਉਸ ਦੀ ਜਾਣਕਾਰੀ ਮਿਲਦੀ ਰਹੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈੱਲ ਬਟਨ ਨੂੰ ਪ੍ਰੈਸ ਕਰ ਲਓ ਲਾਈਕ ਕਰਕੇ ਸਾਡਾ ਠੀਕ ਹੈ ਸਾਨੂੰ ਮੋਟੀਵੇਸ਼ਨ ਕਰੋ ਤਾਂ ਕਿ ਵਧੀਆ ਵੀਡੀਓ ਤੁਹਾਡੇ ਲਈ ਨੈਸਟਪ ਤੇ ਬਣਾ ਕੇ ਲੈ ਕੇ ਆਈਏ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਵੱਤ-ਵੱਤ ਹੋ ਸਕੇ ਜਰੂਰ ਸ਼ੇਅਰ ਕਰਿਆ ਕਰੋ ਅਗਲੀ ਦੋਸਤੋ ਚਲਦੇ ਆ ਉਸ ਵੈਬਸਾਈਟ ਬਲ ਠੀਕ ਹੈ ਜੀ ਹਾਜੀ ਆਪਾਂ ਆ ਚੁੱਕੇ ਆਂਗੇ ਡਿਸਟ੍ਰਿਕਟ ਕੋਡ ਮਾਨਸਾ ਦੀ ਵੈਬਸਾਈਟ ਤੇ ਬਿਲ ਤੇ ਇਸ ਦੇ ਵਿੱਚ ਤੁਸੀਂ ਦੇਖੋਗੇ ਇੱਕ ਰਕੂਟਮੈਂਟ ਦਾ ਸ਼ਕਸ ਬਣਿਆ ਹੋਇਆ ਹੈ ਜਿਸ ਦੇ ਵਿੱਚ ਕੀ ਹੈ ਇਹ ਲਿਸਟਾਂ ਆਪਣੇ ਕੋਲੇ ਆ ਚੁੱਕੀਆਂ ਨੇ ਗੱਲ ਕਰੀਏ ਨੰਬਰ 1 ਦੇ ਵਿੱਚ ਸੀਰੀਅਲ ਚ ਜੋ ਐਪਲੀਕੇਸ਼ਨ ਆਰ ਦਾ ਪੋਸਟ ਆਫ ਕਲਰਕ 2020 ਜਿਸ ਦੇ ਵਿੱਚ ਕੀ ਰਿਜੈਕਟ ਲਿਸਟ ਪਾਈ ਹੋਈ ਹੈ ਇਸ ਲਿਸਟ ਦੇ ਵਿੱਚ ਉਹ ਕੈਂਡੀਡੇਟ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਕਲਰਕ ਦੇ ਲਈ ਤੇ ਉਹਨਾਂ ਦੇ ਜਿਹੜੇ ਫਾਰਮ ਨੇ ਰਿਜੈਕਟ ਹੋ ਚੁੱਕੇ ਨੇ ਜੀ ਠੀਕ ਹੈ ਇਸ ਲਿਸਟ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਦੂਸਰੀ ਲਿਸਟ ਉਹ ਆ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਜੀ ਠੀਕ ਆ ਤੇ ਕਲਰਕ ਦੇ ਲਈ ਜਿਹਨਾਂ ਦੇ ਡਾਕੂਮੈਂਟਸ ਸੀਗੇ ਉਹੋ ਡੇਟ ਤੋਂ ਬਾਅਦ ਪਹੁੰਚੇ ਨੇ ਜੀ ਉਸ ਵਜ੍ਹਾ ਕਰਕੇ ਰਿਜੈਕਟ ਹੋਏ ਨੇ ਤੀਜੀ ਲਿਸਟ ਉਹ ਆ ਦੋਸਤੋ ਸਟੈਨੋਗ੍ਰਾਫਰ ਲਈ ਜਿਨ੍ਹਾਂ ਨੇ ਸਟੈਨੋਗ੍ਰਾਫਰ ਲਈ ਅਪਲਾਈ ਕੀਤਾ ਸੀ ਉਹਨਾਂ ਦੇ ਫਾਰਮ ਵੀ ਲੇਟ ਗਏ ਨੇ ਤਾਂ ਹੁਣ ਆਪਾਂ ਇਸ ਦੇ ਵਿੱਚ ਪਹਿਲੀ ਲਿਸਟ ਨੂੰ ਓਪਨ ਕਰਾਂਗੇ ਜੀ ਠੀਕ ਆ ਜੋ ਰਿਜੈਕਟ ਵਾਲੀ ਹੈ ਇਸ ਤੇ ਕਲਿੱਕ ਕਰਾਂਗੇ तो इसमें डाउनलोड कर ली हूँ तुम देखोगे ये लिस्ट अपने को डाउनलोड हो चुकी है जिस एप्लीकेशन फॉर द पोस्ट कलर्क दो हज़ार भी एग्जैक्ट लिस्ट इसल नंबर डेट भी लिखी हुई है जी ਤੇ ਉਸ ਤੋਂ ਬਾਅਦ ਇਹ ਉਰਦੇ ਦਾ ਜਦੋਂ ਤੁਸੀਂ ਫਾਰਮ ਵਗੈਰਾ ਮਤਲਬ ਪਹੁੰਚਦੇ ਨੇ ਉਹਨਾਂ ਕੋਲੇ ਉਸ ਤੋਂ ਬਾਅਦ ਕੈਂਡੀਡੇਟ ਨੇਮ ਹੈ ਕਈ ਫਾਦਰ ਨੇਮ ਡੇਟ ਆਫ ਬਰਥ ਕੈਟਾਗਰੀ ਕੁਆਲਿਫਿਕੇਸ਼ਨ ਤੇ ਅਦਰ ਕੁਆਲਿਫਿਕੇਸ਼ਨ ਉਸ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ ਠੀਕ ਹੈ ਇਹ ਤੁਹਾਡੀ ਡਿਟੇਲ ਹੈਗੀ ਉਸ ਤੋਂ ਬਾਅਦ ਜੋ ਇਹਨਾਂ ਨੇ ਰਿਮਾਰਕ ਪਾਇਆ ਹੋਇਆ ਤਾਂ ਇਸ ਦੇ ਵਿੱਚ ਲਿਖਿਆ ਹੋਇਆ ਹੈ ਕੈਂਡੀਡੇਟ ਦਾ ਨਾਮ ਵੀ ਦੇ ਸਕਦੇ ਹੋਗੇ ਤੋ ਇਹ ਦੇਖੋ ਵੀ ਡਾਇਰੈਕਟ ਵਿੱਚ ਆਇਆ ਜਿਹਾ ਪੋਸਟ ਕਰਾਇਆ ਗਿਆ ਰਿਮਾਰਕ ਵੀ ਦੱਸਿਆ ਗਿਆ ਤੇ ਇਸ ਦੇ ਵਿੱਚ ਜਿਹੜਾ ਔਰਗ 37 ਇਅਰ ਲਿਖਿਆ ਹੋਇਆ ਇਹਨਾਂ ਨੇ ਏਜ ਦੇ ਵਿੱਚ ਰਿਮਾਰਕ ਪਾਇਆ ਵੀ ਏਜ ਠੀਕ ਹੈ ਜੀ ਜੋ ਕਿ ਆ 37 ਸੀ ਡੀ ਐਮ ਸੀ ਮੈਟ੍ਰਿਕਸ ਨੋਟ ਅਟੈਚਡ ਆਨਲੀ ਡਿਗਰੀ ਅਟੈਚਡ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਕੀ ਆ ਉਹਨਾਂ ਨੇ ਜਿਹੜਾ ਮੈਟ੍ਰਿਕਸ ਸਰਟੀਫਿਕੇਟ ਆ ਉਹ ਨੋਟ ਅਟੈਚ ਮਤਲਬ ਤੇ ਵੀ ਕੱਲਾ ਨਹੀਂ ਰੈਜ ਕੀਤਾ ਵਾਰ ਕਲੀ ਡਿਗਰੀ ਕਰਤੀ ਇਸ ਵਜ੍ਹਾ ਕਰਕੇ ਵੀ ਉਹਨਾਂ ਦਾ ਰਿਜੈਕਟ ਹੋ ਚੁੱਕਿਆਗਾ ਇਸ ਤਰ੍ਹਾਂ ਦੂਜਾ ਤੁਸੀਂ ਦੇ ਸਕਦੇ ਹੋਗਾ ਇੱਕ ਇਸ ਦੇ ਵਿੱਚ ਕੀ ਹੈ ਪਲੱਸ 2 ਪਾਸ ਡਿਗਰੀ ਗ੍ਰੈਜੂਏਸ਼ਨ ਅੰਡਰ ਇਸ਼ੂ ਠੀਕ ਹੈ ਇਸ ਦੇ ਵਿੱਚ ਕੱਲਾ ਇਹ ਹੈ ਬਨ ਤੁਹਾਨੂੰ ਕੋਲ ਐਕਸਪੀਰੀਅੰਸ ਜਾਂ ਕੁਝ ਹੋਰ ਨਹੀਂ ਹੈਗਾ ਜੋ ਮੰਗਿਆ ਸੀ ਨਾਲ ਇਹ ਤਾਂ ਅੰਡਰ ਗ੍ਰੈਜੂਏਟ ਤਸਰਮੈਂ ਬੇਸ ਕਿ ਦੋਸਤੋ ਕੱਲ ਦੱਸਾਂ ਇਹ ਰੀਜਨ ਦੱਸਿਆ ਤੁਸੀਂ ਦੇਖ ਲਓਗੇ ਮੈਂ ਸਾਰਾ ਨਹੀਂ ਦੱਸੂਗਾ ਮਤਲਬ ਮੇਰਾ ਪਤਾ ਦੱਸਣ ਦਾ ਇਹ ਇੱਥੇ ਕਿ ਜਦੋਂ ਤੁਸੀਂ ਕੀ ਫਾਰਮ ਭਰਦੇ ਹੋ ਉਸ ਦੇ ਨਾਲ ਪ੍ਰੋਪਰ ਆਪਣੇ ਡਾਕੂਮੈਂਟ ਲਾਇਆ ਕਰੋ ਜਿਸ ਤਰ੍ਹਾਂ ਆਧਾਰ ਕਾਰਡ ਸਭ ਤੋਂ ਪਹਿਲਾ ਤੁਹਾਡਾ ਆਇਡੈਂਟੀਟੀ ਪ੍ਰੂਫ ਹੋ ਗਿਆ ਜੀ ਉਹਦੇ ਬਾਕੀ ਦਾ ਆਪਣੇ ਸਾਈਨ ਕਰਕੇ 10th ਕਲਾਸ ਦਾ ਸਰਟੀਫਿਕੇਟ ਤਾਂ ਜੋ ਵੀ ਫਾਰਮ ਭਰ ਰਹੇ ਹੋ ਤੁਸੀਂ 10th ਕਲਾਸ ਦਾ ਜੋ ਤੁਹਾਡਾ ਛੋਟਾ ਸਰਟੀਫਿਕੇਟ ਹੈ ਜੀ ਉਹ ਲੱਗਤੀ ਹੀ ਲੱਗਦਾ ਹਰ ਇੱਕ ਫਾਰਮ ਦੇ ਵਿੱਚ ਇਸ ਤੇ ਤੁਸੀਂ ਧਿਆਨ ਰੱਖਣਾ ਜਦੋਂ ਸਮੇਂ ਸਰਟੀਫਿਕੇਟ ਉਸ ਤੋਂ ਬਾਅਦ ਜਿਹੋ ਆਪਣੀ ਪੜ੍ਹਾਈ ਹੈ ਪਲੱਸ 2 ਸਰਟੀਫਿਕੇਟ ਉਸ ਤੋਂ ਬਾਅਦ ਗ੍ਰੈਜੂਏਸ਼ਨ ਤਾਂ ਦੋਸਤੋ ਸਟੈਪ ਬਾਈ ਸਟੈਪ ਸਾਰੇ ਹੀ ਡਾਕੂਮੈਂਟ ਆਪ ਨੂੰ ਲਾਉਣੇ ਪੈਂਦੇ ਨੇ ਜੇਕਰ ਕੱਲੀ ਗ੍ਰੈਜੂਏਸ਼ਨ ਮੰਗੇ ਇਸ ਦਾ ਮਤਲਬ ਇਹ ਨਹੀਂ ਕਿ ਅੱਬਾ ਗ੍ਰੈਜੂਏਸ਼ਨ ਦੇ ਹੀ ਲਾਈ ਗਈ ਬਾਕੀ ਨੂੰ ਛੱਡ ਦਈਏ ਤਾਂ ਤੁਹਾਨੂੰ ਸਾਰੇ ਹੀ ਉਸ ਤੋਂ ਪਹਿਲਾਂ ਜੋ ਪੜ੍ਹਾਈ ਕੀਤੀ ਆ 10th 2 ਗ੍ਰੈਜੂਏਸ਼ਨ ਕੱਲੇ ਸਾਰੇ ਨਹੀਂ ਨਾਲ ਲਾਉਣਾ ਭੂ ਨਾਲ ਤੁਹਾਡਾ ਕੈਟਾਗਰੀ ਤੇ ਠੀਕ ਆ ਉਸ ਤੋਂ ਬਾਅਦ ਆਧਾਰ ਕਾਰਡ ਆਈਡੈਂਟੀਟੀ ਕਾਰਡ ਤੁਹਾਡੀ ਰਿਲੇਸ਼ਪ ਰੂਫ ਹੁੰਦਾ ਜੋ ਤੇ ਤੁਹਾਡਾ ਕਾਰਡ ਸਰਟੀਫਿਕੇਟ ਠੀਕ ਹੈ ਜੀ ਦੋਸਤੋ ਅੱਜ ਐਕਸਪੀਰੀਅੰਸ ਜੇ ਤੁਸੀਂ ਰੱਖਦੇ ਹੋ ਕਿ ਉਹ ਚੀਜ਼ਾਂ ਨਾਲ ਮੈਂਸ਼ਨ ਕਰਕੇ ਸੈਲਫ ਟੈਸਟ ਕਰਕੇ ਜ਼ਰੂਰ ਲਿਆ ਕਰੋ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਕੋਈ ਦਿੱਕਤ ਨਾ ਹੋਵੇ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਸਕਦੇ ਹੋ ਇਹ ਕੈਂਡੀਡੇਟਾਂ ਨੇ ਕਿ ਅਧੂਰੇ ਫਾਰਮ ਭਰਨ ਤੋਂ ਬਾਅਦ ਰਿਜੈਕਟ ਹੋ ਚੁੱਕੇ ਨੇ ਜੀ ਤਾਂ ਇਸ ਤਰ੍ਹਾਂ ਤੁਸੀਂ ਇਹ ਉਹ ਕੈਂਡੀਡੇਟ ਨੇ ਜੋ ਅਗਲੀ ਲਿਸਟ ਆਪਣੇ ਕੋਲ ਆਈ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਵੀ ਜੋ ਕਿ ਆ ਅਪਕੈਸਨ ਤਰੀਕ ਤੋਂ ਬਾਅਦ ਪਹੁੰਚੇ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਨਾਂ ਵੀ ਹੈਗਾ ਜੀ ਇਸ ਤਰ੍ਹਾਂ ਠੀਕ ਹੈ ਨਾਮ ਵਗੈਰਾ ਡਰੈੱਸ ਆ ਕੋ ਲਿਖਿਆ ਹੋਇਆ ਆਫਟਰ ਡਿਊ ਡੇਟ ਤੋਂ ਤੁਸੀਂ ਵੀ ਇਹਨਾਂ ਵਿੱਚ ਚੈੱਕ ਕਰ ਸਕਦੇ ਹੋ ਤੁਹਾਡਾ ਕੋਈ ਨਾਮ ਤਾਂ ਨਹੀਂ ਜੇਕਰ ਹੈ ਤਾਂ ਨੀਚੇ ਕਮੈਂਟ ਸੈਕਸ਼ਨ 'ਚ ਪਲੀਜ਼ ਕਮੈਂਟ ਜਰੂਰ ਕਰਿਓ ਤੇ ਇਸ ਦਾ ਵੀ ਲਿੰਕ ਤੁਹਾਨੂੰ ਮਦਰ ਸਕਰਨ 'ਚ ਦੇਖ ਲਊਗਾ ਤਾਂ ਕਿ ਤੁਸੀਂ ਇਹ ਬੜੇ ਹੀ ਇਜ਼ੀਲੀ ਇਸ ਪੀਡੀਐਫ ਨੂੰ ਡਾਊਨਲੋਡ ਕਰ ਲਓ ਇਸ ਦਾ ਲਿੰਕ ਪਾ ਦਊਗਾ ਉਸ ਤੋਂ ਬਾਅਦ ਤੁਸੀਂ ਇਸ ਵੈਬਸਾਈਟ ਤੇ ਪਹੁੰਚ ਕੇ ਇਸ ਤੇ ਕਲਿੱਕ ਕਰਕੇ ਇਸ 사이ਟ ਤੇ ਡਾਊਨਲੋਡ ਕਰਕੇ ਆਪਣਾ ਜੋ ਨਾਮ ਵਗੈਰਾ ਜੇਕਰ ਤੁਹਾਡਾ ਅਪਲਾਈ ਕੀਤਾ ਸੀ ਜੇ ਚੈੱਕ ਕਰ ਸਕਦੇ ਹੋ ਜੀ ਆਈ ਹੋਪ ਤੁਹਾਨੂੰ ਪੂਰਾ ਕਲੀਅਰ ਹੀ ਹੋ ਗਿਆ ਹੋਊਗਾ ਠੀਕ ਹੈ ਜੀ ਇਸ ਬਾਰੇ ਤਾਂ ਉਸ ਤੋਂ ਬਾਅਦ ਜੋ ਕੋਈ ਨਵੀਂ ਅਪਡੇਟ ਆਈ ਜਰੂਰ ਦੋਸਤੋ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਵੱਤ ਵਤ ਕਰ ਦਿਓ ਤਾਂ ਅੰਕੇ ਤੁਹਾਡੇ ਤੱਕ ਵੀਡੀਓਜ਼ ਨਾ ਸੀਮਤ ਰਹੇ ਇਹ ਹੋਰਾਂ ਵੀ ਵੀਰਾਂ ਸੱਜਣਾਂ ਤੱਕ ਪਹੁੰਚ ਸਕੇ ਤੇ ਉਹ ਵੀ ਕੀ ਹੈ ਇਸ ਚੀਜ਼ ਬਾਰੇ ਅਪਡੇਟ ਹੋ ਜਾਣ ਕਈ ਵਾਰ ਕੀ ਹੁੰਦਾ ਤੁਹਾਡੇ ਤੱਕ ਸੀਮਤ ਰਹਿ ਜਾਂਦੀ ਆ ਹੋਰਾਂ ਤੱਕ ਨਹੀਂ ਪਹੁੰਚਦੀ ਤੇ ਉਹਨਾਂ ਕੋਲ ਜਾਣਕਾਰੀ ਨਹੀਂ ਪਹੁੰਚਦੀ ਠੀਕ ਆ ਜਿਸ ਕਰਕੇ ਉਹਨਾਂ ਕੋਲ ਕਈ ਵਾਰ ਭਰਤੀ ਛੁੱਟ ਵੀ ਜਾਂਦੀ ਆ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਸ਼ੇਅਰ ਕਰਨ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਹਮਕਾ ਦੀ ਬੈਨੀਫਿਟ ਹੀ ਮਿਲਦਾ ਅਗਲਾ ਬੰਦਾ ਵੀ ਤੁਹਾਨੂੰ ਸੀਸੀ ਦੇਊਗਾ ਕਿ ਤੁਹਾਡੀ ਵੀਡੀਓ ਸ਼ੇਅਰ ਕਰੀ ਉਹਨਾਂ ਦੇ ਕੰਮ ਜਰੂਰ ਆਉਂਦੀ ਆ ਤਾਂ ਥੈਂਕ ਯੂ ਦੋਸਤੋ ਟਾਈਮ ਕੱਢ ਕੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ